ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents ਸਤਨਾਮ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਸਾਡਾ ਪਹਿਰਾਵਾ ਵੇਖ ਕੇ ਆਪ ਜੀ ਨੂੰ ਪਤਾ ਲੱਗ ਹੀ ਹੋਏਗਾ ਕਿ ਸਾਡਾ ਕਿਹੜਾ ਮਹਿਕਮਾ ਜੀ। ਚਲੋ ਸਾਧ ਸਿੰਘ ਜੀ, ਚਲੋ ਡਿਊਟੀ ਤੋਂ ਫੁਰਸਤ ਦੇ ਟਾਈਮ 'ਤੇ ਡਿਊਟੀ ਔਫ ਕਰਕੇ ਆਏ ਹਾਂ, ਅਤੇ ਚਲੋ ਕਰੀ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਲਈ ਆਪਾਂ। ਅਤੇ ਸੋ ਬਾਣੀ ਪੜ੍ਹਦੇ ਹਾਂ, ਕਈ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ, ਸਾਧ ਸਿੰਘ ਜੀ ਬਖਸ਼ਣ ਯੋਗ ਹੈ ਜੀ। ਮਨ ਮੁਖ ਆਵੈ ਮਨ ਮੁਖ ਜਾਵੈ, ਮਨ ਮੁਖ ਫਿਰ ਫਿਰ ਚੋਟਾ ਖਾਵੈ, ਜਿਤਨੇ ਨਰ ਕਿਸੇ ਮਨ ਮੁਖ ਬੋਗੈ, ਗੁਰਮੁਖ ਲੇਪ ਨਮਾ ਸਾਹੇ, ਲੱਖ 84 ਜੋੜੀ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏਂਦਾ, ਕਬੀਰ ਮੇਰੀ ਸਿਮਰਨੀ, ਰਸਣਾ ਉਪਰ ਰਾਮ, ਆਦਿ ਜੁਗਾਤੀ ਸਗਲ ਭਗਤ, ਤਾਕੋ ਸੁਖ ਬਿਸਰਾਮ, ਕਬੀਰ ਬੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਏ ਕਬੀਰਾ ਨਾਮ ਹਾ, ਜਿਨਾ ਹੀ ਰੋਵਨ ਹਾਰ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ, ਬੋੜ ਨ ਮਰ ਨਾ ਹੋਏ, ਕਬੀਰ ਏਕ ਕੜੀ ਆਦੀ ਕੜੀ, ਆਦਿ ਹੂੰ ਤੇ ਆਦ, ਭਗਤਨ ਸੇਟੀ ਗੋਸਟੇ, ਜੋ ਕਿਨੇ ਸੋ ਲਾਭ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕੇ ਹਲਾਗੇ ਮੇਰਾ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਫੁਰਦਾ ਜੋਤੇ ਮਾਰਨ ਮੁਕੀਆਂ, ਤਿਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਐ, ਪੈਰ ਤਿਨਾਂ ਦੇ ਚੁੰਮ, ਫੁਰਦਾ ਸ਼ੱਕਰ ਖੰਡ ਨਿਵਾਤੀ ਗੁੜ, ਮੱਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ, ਫੁਰਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨਾ ਖਾਧੀ ਚੋਪੜੀ, ਕਣੇ ਸਹਿਣਗੇ ਦੁੱਖ, ਰੁੱਖੀ ਮਿੱਸੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਫਰੀਦਾ ਚੋਪੜੀ, ਨਾ ਤਰਸਾਏ ਜੀਓ,
ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਗੁਰਬਾਣੀ ਬੋਲਦਿਆਂ ਚਾਲਦਿਆਂ ਇੱਕ ਨਹੀਂ ਕਿਹੜਾ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ, ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੇ ਪਿਆਰੇ ਸਾਧ ਸੰਗਤ ਜੀ, ਭਾਈ ਸਾਹਿਬ ਰਣਵੀਰ ਸਿੰਘ ਜੀ ਜਿਨ੍ਹਾਂ ਨੇ ਪਰਮ ਪਿਤਾ ਪਰਮਾਤਮਾ ਧੰਨ ਧੰਨ ਧੰਤਾ ਯੋਗ ਚਵਰ ਤਖ਼ਤ ਦੇ ਮਾਲਕ ਸਾਹਿਬ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਕਿ ਆਪਣੇ ਕੰਠ ਵਿੱਚੋਂ ਸਰਵਣ ਕੀਤੀ ਹੈ, ਪਰਮ ਪਿਤਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਗੁਰੂ ਘਰ ਦੇ ਲੜ ਲਾਵਣ ਅਤੇ ਇਹਨਾਂ 'ਤੇ ਮਿਹਰ ਪਿਆ ਹੱਥ ਰੱਖਣ, ਇਹਨਾਂ ਦੇ ਪਰਿਵਾਰ 'ਤੇ ਮਿਹਰ ਪਿਆ ਹੱਥ ਰੱਖਣ, ਹਮੇਸ਼ਾ ਚੜ੍ਹਦੀ ਕਲਾ ਬਖਸ਼ਣ, ਅਗਾਂਹ ਨੂੰ ਇਹਨਾਂ ਨੂੰ ਸੋਝੀ ਬਖਸ਼ਣ। ਗੁਰਬਾਣੀ ਦਾ ਜਾਪ ਕਰਦਿਆਂ ਭਾਈ ਸਾਹਿਬ ਵੱਲੋਂ ਹੋਈਆਂ ਬੇਅੰਤ ਲੱਖ ਭੁੱਲਾਂ ਚੁੱਕਾਂ ਉਸ ਪਰਮ ਪਿਤਾ ਪਰਮਾਤਮਾ ਬਖਸ਼ਣਹਾਰ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।